ਪੰਜਾਬ ਵਾਸੀਓ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਵੀਡੀਓ ਵੀ ਆਪਣੀ ਜਿਹੜੀ ਆਡੀਓ ਆ ਗਈ ਉਹ ਜੇਲ੍ਹ ਦੇ ਵਿੱਚੋਂ ਆਈ ਹੈ ਜਿਸ ਭਾਈ ਸਾਹਿਬ ਨੇ ਆਪਣੇ ਪੰਜਾਬ ਦੇ ਹੱਕਾਂ ਦੇ ਲਈ ਇੰਨਾ ਆਪਣੇ ਪਾਸੇ ਸੰਘਰਸ਼ ਕੀਤਾ ਜੇਲ੍ਹਾਂ 'ਚ ਵੀ ਗਏ ਤੇ ਗੋਲੀਆਂ ਖਾਣ ਤੋਂ ਵੀ ਉੱਕੇ ਨਹੀਂ ਹੈਗੇ ਸਭ ਕੁਛ ਕਰ ਰਹੇ ਨੇ ਆਹ ਤੁਹਾਡੇ ਸਾਹਮਣੇ ਪੱਲਾ ਅੜਦੇ ਆ ਬੇਨਤੀ ਕਰਦੇ ਆ ਪੰਜਾਬ ਵਾਸੀਆਂ ਸਾਹਮਣੇ ਵੀ ਜਾਗੋ ਜਦੋਂ ਤੱਕ ਆਪਣੇ ਘਰ 'ਚ ਆਪਣੇ ਅੱਗਾਂ ਆ ਗਈਆਂ ਆਪਣੀਆਂ ਪੱਗਾਂ ਲਾਹੀ ਜਾਂਦੇ ਨੇ ਯਾਰ ਗੋਲੀਆਂ ਮਾਰੀ ਜਾਂਦੇ ਨੇ ਆਪਣੇ ਜਿਹੜੇ ਅੰਮ੍ਰਿਤਪਾਲ ਹੋ ਰਹੇ ਆਪਣੇ ਪੰਜਾਬੀ ਭਰਾ ਨੇ ਸਾਰੇ ਏਡਾ ਏਡਾ ਤਸ਼ੱਦਦ ਹੋ ਰਿਹਾ ਵੀਰੋ ਤੁਸੀਂ ਦੇਖ ਲਈ ਕਿ ਜਿਹੜੀ ਭੁੱਖ ਹੜਤਾਲ ਦੇ ਦੋ ਏਡੇ ਜ਼ਿਆਦਾ ਸੀਰੀਅਸ ਸਿੰਘ ਨੇ ਬਸੰਤ ਸਿੰਘ ਹੋਣੀ ਦੇ ਚਾਚੇ ਹੋਣੀ ਵੀ ਉਹ ਕਦੋਂ ਵੀ ਬਸ ਉਹਨਾਂ ਦੀ ਇੱਕ ਦਿਲੀ ਇੱਛਾ ਹਰ ਇੱਕ ਪੰਜਾਬੀ ਦੀ ਦਿਲੀ ਇੱਛਾ ਹੁੰਦੀ ਹੈ ਕਿ ਅਸੀਂ ਜੇ ਮਰੀਏ ਤਾਂ ਆਪਣੀ ਪੰਜਾਬ ਦੀ ਮਿੱਟੀ ਦੇ ਵਿੱਚ ਮਰੀਏ ਜੇ ਸ਼ਹੀਦੀਆਂ ਪ੍ਰਾਪਤ ਕਰੀਏ ਤਾਂ ਆਪਣੀ ਪੰਜਾਬ ਦੀ ਮਿੱਟੀ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰੀਏ ਇਹੀ ਦਿਲੀ ਇੱਛਾ ਭਾਈ ਅੰਮ੍ਰਿਤਪਾਲ ਸਿੰਘ ਨੇ ਦਿੱਤੀ ਕੀਤੀ ਹੈਗੀ ਆਪਦੇ ਅੰਦਰੋਂ ਦਿਲੋਂ ਆਹ ਜਦੋਂ ਆਡੀਓ ਸੁਣਦੇ ਹੋ ਨਾ ਯਾਰ ਅੰਦਰੋਂ ਇੱਕ ਹਲੂਣਾ ਵੱਜਦਾ ਅੰਦਰੋਂ ਇੱਕ ਰੋਣਾ ਨਿਕਲਦਾ ਵੀ ਯਾਰ ਕੀ ਤੁਰੇ ਫਿਰਦੇ ਹੋਗੇ ਕਿਸੇ ਨੇ ਕਿਤੇ ਲਾ ਰਿਹਾ ਸਾਰਿਆਂ ਨੂੰ ਆਪਾਂ ਆਪਣੇ ਹਰੇਕ ਜਿਹੜੇ ਮੋਰਚੇ ਲਾ ਰੱਖਿਆ ਆਪਾਂ ਆਪਣੇ ਸਾਰੇ ਮੁਬਾਰਕ ਪਰ ਇੱਕ ਚੀਜ਼ ਤੁਹਾਨੂੰ ਦੱਸ ਦਿੰਦੇ ਹਾਂ ਵਾਰ ਵਾਰ ਤੁਹਾਨੂੰ ਦੱਸ ਦਿੰਦੇ ਹਾਂ ਦੀਪ ਸਿੱਧੂ ਨੇ ਵੀ ਬਾਈ ਨੇ ਆਖੀ ਸੀ ਜਿੰਨਾ ਤੱਕ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਐਮਐਸਪੀਆਂ ਦੇ ਰੋਲੇ ਪੈਂਦੇ ਰਹਿਣਗੇ ਨਸ਼ਿਆਂ ਦੇ ਮੁੱਦੇ ਉੱਠਦੇ ਰਹਿਣਗੇ ਏਜੰਸੀਆਂ ਦੇ ਮੁੱਦੇ ਉੱਠਦੇ ਰਹਿਣਗੇ ਇੱਕ ਨਿਸ਼ਾਨ ਸਾਹਿਬ ਥੱਲੇ ਜਿੰਨਾ ਤੱਕ ਖਾਲਸੇ ਰਾਜ ਦੀ ਗੱਲ ਨਹੀਂ ਹੁੰਦੀ ਕਿਸੇ ਵੀ ਚੀਜ਼ ਦਾ ਕੋਈ ਵੀ ਪਰਮਾਨੈਂਟ ਨਹੀਂ ਹੱਲ ਹੈਗਾ ਇਹ ਚੀਜ਼ ਇੱਕ ਹੋਰ ਤੁਹਾਨੂੰ ਦੱਸ ਦਈਏ ਜਿੰਨੇ ਵੀ ਪੰਥਕ ਲੀਡਰ ਨੇ ਸਾਡੀ ਅਸੀਂ ਕੋਈ ਪੰਥਕ ਨਹੀਂ ਕੋਈ ਨਹੀਂ ਅਸੀਂ ਨਮਾਣੇ ਸਿੱਖ ਹਾਂ ਆਪਦੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਨਕ ਨਾਮ ਲੈਵਾ ਸਿੱਖ ਕਹਾਉਣਾ ਸਾਡੀ ਪੱਲਾ ਬੰਨ ਕੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਇੱਕ ਹੋ ਜਾਓ ਕੌਮ ਨੂੰ ਉਲਝਾਉਣਾ ਬੇਨਤੀ ਆ ਜਿਹੜਾ ਮੁੱਦਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦਾ ਇਹਨੂੰ ਚੱਕੋ ਵੱਧ ਤੋਂ ਵੱਧ ਮੀਡੀਆ ਤੱਕ ਪਹੁੰਚਾਓ ਹਿੰਦ ਹਕੂਮਤ ਦੇ ਕੰਨਾਂ ਤੱਕ ਪਾਸ ਹੋਵੇ ਤੇ ਭਾਈ ਸਾਹਿਬ ਜੇ ਨਹੀਂ ਛੱਡਣਾ ਹਾਂ ਅਸੀਂ ਸੰਘਰਸ਼ ਕਰਾਂਗੇ ਛਡਾਵਾਂਗੇ ਇਹ ਮਾਰੇ ਪੈੜੀ ਨਹੀਂ ਛੱਡਦੇ ਇਹਨੂੰ ਵੱਡੇ ਕਰਕੇ ਦੇ ਆਪਾਂ ਨੂੰ ਸੰਘਰਸ਼ ਕਰਨਾ ਪੈਣਾ ਵੀ ਹਾਂ ਇੱਕ ਵਾਰ ਆਪਾਂ ਪੰਜਾਬ ਦੀਆਂ ਜੇਲ੍ਹਾਂ 'ਚ ਤਾਂ ਉਹਨਾਂ ਨੂੰ ਭਾਈ ਸਾਹਿਬ ਹੋਰਾਂ ਨੂੰ ਲੈ ਕੇ ਆਏ ਜਰਾ ਆਪਣੀ ਪੰਜਾਬ ਦੀ ਮਿੱਟੀ 'ਚ ਤਾਂ ਉਹਨਾਂ ਨੂੰ ਲੈ ਕੇ ਆਈਏ ਜੇ ਸਾਡੇ ਜਰਨੈਲ ਭਾਈ ਸਾਹਿਬ ਅੰਮ੍ਰਿਤਪਾਲ ਪਿੱਛੇ ਅਸੀਂ ਆਹ ਦੇਖ ਲਓ 5-7 ਸਿੰਘ ਖੜਿਆਂਗੇ 5-7 ਕੀ ਦੇ 5-700 ਸਿਰ ਵੀ ਦੇਣੇ ਪੈ ਗਏ ਨਾ ਉਹ ਵੀ ਘੱਟ ਹੋਣਗੇ ਜੇ ਸਾਡਾ ਜਰਨੈਲ ਬਾਹਰ ਆਉਂਦਾ ਸੰਗਤ ਨੂੰ ਦੁਬਾਰਾ ਫੇਰ ਬੇਨਤੀ ਆ ਹੱਥ ਬੰਨ ਕੇ ਬੇਨਤੀ ਆ ਪੱਲਾ ਆੜਦੇ ਆ ਇਕੱਠੇ ਹੋ ਕੇ ਆਪਾਂ ਸੰਘਰਸ਼ ਬਿੱਟੀਏ ਅੱਜ ਤਾਂ ਅੰਮ੍ਰਿਤਸਰ ਡੀਸੀ ਤੇ ਉੱਥੇ ਆਪਣਾ ਭਾਈ ਸਾਹਿਬ ਦੀ ਮਾਤਾ ਪਿਤਾ ਹੋਰੇ ਤੇ ਮੰਦੀਪ ਹੋਰੇ ਭਾਈ ਹੋਰੇ ਮੰਗ ਪੱਤਰ ਦੇਣ ਕੇ ਨਾਲ ਪਤਾ ਵੀ ਮੰਗ ਪੱਤਰ ਦਾ ਕੋਈ ਹੱਲ ਨਹੀਂ ਪਰ ਕਾਗਜ਼ੀ ਘਰ ਵੀ ਚਲੋ ਫੋਰਮੈਲਿਟੀ ਹੈਗੀ ਪੂਰੀ ਕਰ ਜਾ ਇਹ ਮਾੜੀ ਮਾੜੀ ਛੱਡਦੇ ਵੀ ਨਹੀਂ ਤੁਹਾਨੂੰ ਛੇਤੀ ਕੌਣ ਵੀ ਦੇਵਾਂਗੇ ਸੰਗਤ ਜੀ ਪੰਜਾਬ ਵਾਸੀਓ ਇੱਕ ਵੱਡਾ ਸੰਘਰਸ਼ ਵਿੱਜਣ ਦੇ ਲਈ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰਿਓ ਤੇ ਹਿੰਦ ਹਕੂਮਤ ਨੂੰ ਚੇਤਾਵਨੀ ਹੈ ਤੇ ਇਹ ਕਹਿੰਦੇ ਨੇ ਗੁਰੂ ਪਾਤਸ਼ਾਹ ਨੇ ਕਹਿੰਦਾ ਵੀ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਜੱਟੇ ਇਹ ਚੱਕੀ ਜੱਟਣ ਤੇ ਹੋ ਗਏ ਨੇ ਤੇ ਕੁੱਤਿਆਂ ਨੂੰ ਹਿਜੜਿਆਂ ਨੂੰ ਇਹਨਾਂ ਨੂੰ ਰਾਜ ਦਿੱਤਾ ਹੋਇਆ ਜਿੰਨਾ ਤੱਕ ਖਾਲਸਾ ਆਪ ਗੱਦੀ ਤੇ ਨਹੀਂ ਬਹਿੰਦਾ ਜਿੰਨਾ ਤੱਕ ਰਾਜ ਖਾਲਸੇ ਦਾ ਨਹੀਂ ਆਉਂਦਾ ਉਹਨਾਂ ਤੱਕ ਕਿਸੇ ਨੇ ਹਰ ਇੱਕ ਨੂੰ ਇੱਕ ਅੱਖ ਨਾਲ ਨਹੀਂ ਦੇਖਣਾ ਸਾਰੇ ਜਾਤਾਂ ਪਾਤਾਂ ਦੇ ਨਾਮ ਤੇ ਧਰਮਾਂ ਦੇ ਨਾਮ ਤੇ ਲੜਾਉਣਗੇ ਖਾਲਸੇ ਦਾ ਇੱਕੋ ਹੀ ਧਰਮ ਹੈਗਾ ਇੱਕੋ ਹੀ ਜਾਤ ਹੈ ਮਾਨਸ ਕੀ ਜਾਤ ਸਭ ਇੱਕ ਹੈ ਪਛਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।